ਇਹ ਜੀ ਬੜੀ ਅਫਸੋਸ ਵਾਲੀ ਗੱਲ ਹੈ, ਲੜਕਾ 12 ਸਾਲ ਬਾਅਦ ਆਇਆ ਸੀਗਾ ਅਮਰੀਕਾ ਤੋਂ, ਅਤੇ ਕੋਈ ਵਜ੍ਹਾ ਰੰਜਿਸ਼ ਦਾ ਤਾਂ ਅਜੇ ਨਹੀਂ ਪਤਾ ਨਹੀਂ ਲੱਗਾ, ਲੇਕਿਨ ਫੰਕਸ਼ਨ 'ਤੇ ਗਏ ਬੱਚੇ ਅਤੇ ਉੱਥੇ ਉਹ ਜਿੰਨੇ ਮਤਲਬ ਇਹ ਵਾਕਿਆ ਕੀਤਾ ਵਾ, ਉਸ ਲੜਕੀ ਦਾ ਵੀ ਇਹ ਕੋਈ ਪਤਾ ਨਹੀਂ ਲੱਗਣ ਡਿਆ ਵੀ ਕੌਣ ਕੌਣ ਉਹਦੇ ਨਾਲ ਸੀਗਾ। ਬਾਕੀ ਕਾਨੂੰਨੀ ਕਾਰਵਾਈ ਚੱਲ ਰਹੀ ਆ, ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੇਗਾ ਵੀ ਕੀ ਵੈਪਨ ਚੱਲਿਆ ਅਤੇ ਕੀ ਹੋਇਆ ਵਾ। ਅਤੇ ਦੂਸਰੀ ਬੜੀ ਦੁੱਖ ਵਾਲੀ ਗੱਲ ਆ, ਪਰਿਵਾਰ ਬੜਾ ਵਧੀਆ ਸੀਗਾ, ਇਹ ਸਾਰਾ ਪਰਿਵਾਰ ਬਹੁਤ ਚੰਗਾ ਪਰਿਵਾਰ ਸੀਗਾ ਜੀ, ਅਤੇ ਨੇਕ ਆਪਣੀ ਕਮਾਈ ਕਰਨ ਵਾਲੇ ਸੀ, ਕਿੰਨੇ ਨਾ ਕਿਸੇ ਨਾਲ ਵੀ ਇਹਨਾਂ ਦਾ ਕੋਈ ਵੀ ਕੋਈ ਜਾਤੀ ਦੁਸ਼ਮਣੀ ਨਹੀਂ ਸੀ, ਇਹ ਤਾਂ ਆਪਣੀ ਕਮਾਈ ਕਰਨ ਵਾਲੇ ਬੰਦੇ ਸੀ। ਅਤੇ ਦੁੱਖ ਇਸ ਗੱਲ ਦਾ ਵੀ ਬੱਚਾ 12 ਸਾਲ ਬਾਅਦ ਆਇਆ, ਅਤੇ ਅਸੀਂ ਉਹ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਹਦਾ ਇਨਸਾਫ ਹੋਵੇ ਅਤੇ ਪਰਿਵਾਰ ਨੂੰ ਇਨਸਾਫ ਮਿਲੇ ਜੀ। ਵੀਰ ਜੀ, ਉਹ ਕੱਲ੍ਹ ਸਵੇਰੇ ਇੱਥੋਂ ਫੰਕਸ਼ਨ ਸੀ ਜਲੰਧਰ ਦੇ ਵਿੱਚ ਰਾਮਾ ਮੰਡੀ, ਹਾਂ ਫੰਕਸ਼ਨ ਦੇ ਬੇਟੇ ਦਾ ਉਹਦੇ ਮਤਲਬ ਸਹੁਰਿਆਂ ਵੱਲੋਂ ਬੇਟੇ ਦਾ ਧਮਾਨ ਸੀਗਾ, ਮਤਲਬ ਜਿੱਦਾਂ ਆਪਾਂ ਕਹਿੰਦੇ ਹਾਂ ਉਹ, ਹਾਂ ਢਿੱਲੋ ਪੈਲਸ ਦੇ ਵਿੱਚ, ਹਾਂ ਉੱਥੇ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਉਹਦਾ ਸੰਡੂ ਹੀ ਸਮਝੋ ਲੱਗਦਾ ਸੀਗਾ, ਉਹਨੇ ਬਾਥਰੂਮ ਦੇ ਵਿੱਚ ਬਾਥਰੂਮ ਪਿਸ਼ਾਬ ਕਰਨ ਡਿਆ ਅਤੇ ਮਗਰੋਂ ਜਾ ਕੇ ਗੋਲੀਆਂ ਮਾਰ। ਰੰਜਿਸ਼ ਦਾ ਕੋਈ ਪਤਾ ਨਹੀਂ ਅਜੇ ਤੀਕ ਵੀ ਨਹੀਂ ਲੱਗਾ ਵੀ ਕੀ ਵਜ੍ਹਾ ਸੀ, ਕਿਹੜੀ ਗੱਲ ਉਹਨੇ ਗੋਲੀਆਂ ਮਾਰੀਆਂ ਵਾ, ਉਹ ਬਾਰੇ ਅਜੇ ਕਲੀਅਰ ਪੁਲਿਸ ਕਰਨ ਡਈ ਆ। ਬੰਦੇ ਸਾਡੇ ਹਾਂ ਪੁਲਿਸ ਕਾਰਵਾਈ ਸਾਡੇ ਪਤਵੰਤ 'ਤੇ ਬੰਦੇ ਗਏ ਉੱਥੇ ਜਲੰਧਰ, ਹਾਂ 10 ਬਰਾਮਦ ਦੇ ਪੰਚਾਇਤ ਤੌਰ 'ਤੇ ਉਹ ਥਾਣੇ ਦੇ ਵਿੱਚ ਕਾਰਵਾਈ ਕਰਵਾਉਣ ਡਿਆ, ਨਾਲੇ ਪੋਸਟਮਾਰਟਮ ਵਗੈਰਾ ਸਾਰਾ ਉੱਥੇ ਕਰਵਾਉਣ ਡਿਆ। ਹਾਂਜੀ, ਅਤੇ ਕੀ ਮੰਗ ਸਰਕਾਰ ਕੋਲੋਂ? ਸਾਡੀ ਇਹੋ ਹੀ ਮੰਗ ਜੀ, ਸਾਡਾ ਬੇਟਾ 13 ਸਾਲਾਂ ਬਾਅਦ ਅਮਰੀਕਾ 'ਚੋਂ ਆਇਆ ਸੀ। ਕਿੰਨਾ ਚਿਰ ਪਹਿਲਾਂ ਆਇਆ ਇਹ? ਅੱਜ ਤੋਂ 20 ਦਿਨ ਪਹਿਲੂ ਹੈ। ਹਾਂਜੀ, ਇਹ ਜੀ ਬੜੀ ਅਫਸੋਸ ਵਾਲੀ ਗੱਲ ਹੈ, ਲੜਕਾ 12 ਸਾਲ ਬਾਅਦ ਆਇਆ ਸੀਗਾ ਅਮਰੀਕਾ ਤੋਂ, ਅਤੇ ਕੋਈ ਵਜ੍ਹਾ ਰੰਜਿਸ਼ ਦਾ ਤਾਂ ਅਜੇ ਨਹੀਂ ਪਤਾ ਨਹੀਂ ਲੱਗਾ, ਲੇਕਿਨ ਫੰਕਸ਼ਨ 'ਤੇ ਗਏ ਬੱਚੇ ਅਤੇ ਉੱਥੇ ਉਹ ਜਿੰਨੇ ਮਤਲਬ ਇਹ ਵਾਕਿਆ ਕੀਤਾ ਵਾ, ਉਸ ਲੜਕੀ ਦਾ ਵੀ ਇਹ ਕੋਈ ਪਤਾ ਨਹੀਂ ਲੱਗਣ ਡਿਆ ਵੀ ਕੌਣ ਕੌਣ ਉਹਦੇ ਨਾਲ ਸੀਗਾ। ਬਾਕੀ ਕਾਨੂੰਨੀ ਕਾਰਵਾਈ ਚੱਲ ਰਹੀ ਆ, ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੇਗਾ ਵੀ ਕੀ ਵੈਪਨ ਚੱਲਿਆ ਅਤੇ ਕੀ ਹੋਇਆ ਵਾ। ਅਤੇ ਦੂਸਰੀ ਬੜੀ ਦੁੱਖ ਵਾਲੀ ਗੱਲ ਆ, ਪਰਿਵਾਰ ਬੜਾ ਵਧੀਆ ਸੀਗਾ, ਇਹ ਸਾਰਾ ਪਰਿਵਾਰ ਬਹੁਤ ਚੰਗਾ ਪਰਿਵਾਰ ਸੀਗਾ ਜੀ, ਅਤੇ ਨੇਕ ਆਪਣੀ ਕਮਾਈ ਕਰਨ ਵਾਲੇ ਸੀ, ਕਿੰਨੇ ਨਾ ਕਿਸੇ ਨਾਲ ਵੀ ਇਹਨਾਂ ਦਾ ਕੋਈ ਵੀ ਕੋਈ ਜਾਤੀ ਦੁਸ਼ਮਣੀ ਨਹੀਂ ਸੀ, ਇਹ ਤਾਂ ਆਪਣੀ ਕਮਾਈ ਕਰਨ ਵਾਲੇ ਬੰਦੇ ਸੀ। ਅਤੇ ਦੁੱਖ ਇਸ ਗੱਲ ਦਾ ਵੀ ਬੱਚਾ 12 ਸਾਲ ਬਾਅਦ ਆਇਆ, ਅਤੇ ਅਸੀਂ ਉਹ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਹਦਾ ਇਨਸਾਫ ਹੋਵੇ ਅਤੇ ਪਰਿਵਾਰ ਨੂੰ ਇਨਸਾਫ ਮਿਲੇ ਜੀ।